ਗੱਲ ਹੈ, ਪੁੱਤ ਕੀ ਗੱਲ ਹੈ? ਬਾਪੂ ਸੀਦੇ ਦਾ ਮੁੰਡਾ ਰੋਜ਼ ਮੈਨੂੰ ਗਰੀਬ ਕਹਿ ਕੇ ਮੇਰੇ ਮਾਰਦਾ। ਕੋਈ ਗੱਲ ਨੀ ਪੁੱਤ, ਬਾਪੂ ਆਪਾਂ ਵੀ ਤਾਂ ਇਨਸਾਨ ਆ। ਪੁੱਤ ਆਪਾਂ ਵੀ ਇਨਸਾਨ ਆ, ਇਹਨਾਂ ਵਾਂਗ ਜ਼ਮੀਰ ਮਾਰ ਕੇ ਨਹੀਂ ਜੀਂਦੇ। ਪੁੱਤ ਆਪਾਂ ਕਿੰਨੀ ਕੁ ਗਰੀਬੀ ਦੇਖਾਂਗੇ। ਚੱਲ ਬਾਪੂ ਤੂੰ ਦਿਲ ਹੌਲਾ ਨਾ ਕਰ, ਹਲੇ ਤੇਰਾ ਪੁੱਤ ਜਿਉਂਦਾ ਹੈ। ਮੈਂ ਬਾਹਰ ਆਕਾ ਮਾਰੀ ਜਾਂਦਾ, ਤੂੰ ਇੱਥੇ ਬੈਠਾ। ਬਸ ਕੁਛ ਨੀ ਯਾਰ। ਕਿਉਂ, ਕੀ ਹੋ ਗਿਆ ਤੇਰਾ ਮੂੰਹ? ਕਿਉਂ ਉਤਰਿਆ? ਯਾਰ ਤੈਨੂੰ ਪਤਾ ਹੀ ਆ ਸਾਡੀ ਘਰ ਦੀ ਹਾਲਤ ਦਾ। ਯਾਰ ਕਿਵੇਂ ਦੀਆਂ ਗੱਲਾਂ ਕਰਦਾ ਤੂੰ? ਯਾਰ ਉਹ ਸੀਤੇ ਦਾ ਮੁੰਡਾ ਮੈਨੂੰ ਰੋਜ਼ ਗਰੀਬ ਕਹਿੰਦਾ। ਚੱਲ ਕੋਈ ਨਾ, ਦੇਖ ਲਾਂਗਾ ਉਹਨੂੰ ਕੱਲ ਨੂੰ। ਚੱਲ ਖੇਲ ਚੱਲੀਏ, ਤੈਨੂੰ ਗਿਫਟ ਦਿਖਾਉਣਾ। ਚੱਲ ਚੱਲ। ਦੇਖ ਜੰਟੇ, ਤੇਰਾ ਬਾਈ ਨਵਾਂ ਆਈਫੋਨ ਲੈ ਕੇ ਆਇਆ। ਸੱਚੀ? ਹਾਂਜੀ। ਕਿੰਨੇ ਦਾ ਆਇਆ ਏ? ਤੂੰ ਰਹਿਣ ਦੇ, ਤਾਂ ਪਾਰਟੀ ਹੋ ਗਈ। ਜੰਟੇ ਤੂੰ ਵੀ ਲੈਣਾ ਸੀ ਆਈਫੋਨ? ਤੈਨੂੰ ਪਤਾ ਨਾ ਯਾਰ ਮੇਰੇ ਘਰ ਦੇ ਹਾਲਾਤ। ਬਾਪੂ ਦੱਸ ਕੀ ਗੱਲ ਆ? ਪੁੱਤ ਦੱਸ ਕੀ ਗੱਲ? ਮੇਰੇ ਦੋਸਤ ਨੇ ਨਵਾਂ ਫੋਨ ਲਿਆਂਦਾ। ਮੈਂ ਵੀ ਲੈਣਾ, ਮੈਨੂੰ ਨੀ ਪਤਾ, ਮੈਨੂੰ ਫੋਨ ਲੈ ਕੇ ਦੋ। ਉਹ ਤੋਂ ਪਹਿਲਾਂ ਆਪਾਂ ਹੀ ਕਰਜ਼ਾ ਲੋਕਾਂ ਦਾ ਬਹੁਤ ਦੇਣਾ, ਤੇ ਤੇਰੀ ਪੜ੍ਹਾਈ ਦਾ ਤੇ ਘਰ ਦਾ ਖਰਚਾ, ਤੇਰੀ ਸਕੂਲ ਦੀ ਫੀਸ, ਉਹ ਤੋਂ ਮੈਂ ਕਿੱਥੋਂ ਭਰਾਂ? ਤੈਨੂੰ ਮੈਂ ਕਿੱਥੋਂ ਮੋਬਾਈਲ ਲੈ ਕੇ ਦੇਵਾਂ? ਮੈਨੂੰ ਨੀ ਪਤਾ ਬਾਪੂ, ਮੈਨੂੰ ਫੋਨ ਲੈ ਕੇ ਦੇ, ਪਰ ਮੈਨੂੰ ਨੀ ਕੁਛ ਪਤਾ। ਜਦੋਂ ਸਿਰ ਤੋਂ ਕਰਜ਼ਾ ਲੱਥ ਗਿਆ ਪੁੱਤ, ਮੋਬਾਈਲ ਤੈਨੂੰ ਲੈ ਦੂੰਗਾ। ਮੀਰਾਂ ਤੇ ਗਰੀਬਾਂ ਨਾਲ ਆਪਾਂ ਨੂੰ ਕੀ ਲੱਗੇ? ਪੁੱਤ ਰੋਟੀ ਖਾ ਜਾ। ਬਾਪੂ ਜੀ ਤੁਸੀਂ ਫਿਰਨੀ ਤੇ ਜਾਓ, ਮੈਂ ਖੇਤ ਜਾਣਾ। ਟਿਕ ਟੋਕ ਦੇ ਬਣ ਗਏ ਦੁਨੀਆਂ ਦੇ, ਟਿਕ ਟੋਕ ਦੇ ਬਣ ਗਏ। ਮੈਂ ਆਪਣੀ ਹੀ ਜਾਣ ਨੂੰ ਐਨੀ ਦਪਹਿਰ ਕੀ ਕਰਦਾ ਪੁੱਤ? ਕੁਛ ਨੀ, ਅਸੀਂ ਵੀ ਤੇਰੀ ਉਮਰ ਤੇ ਲੰਘ ਚੁੱਕੇ ਆ, ਘਰੋਂ ਲੜ ਕੇ ਆਇਆ। ਚੰਡ ਮੇਰੇ ਨਾਲ ਇੱਕ ਦੋਸਤ ਨੇ ਫੋਨ ਕੀਤਾ,
ਇਸ ਗੱਲ ਪਿੱਛੇ ਮੇਰੀ ਕਿਤੇ ਬਾਪੂ ਨਾਲ ਲੜਾਈ ਹੋ ਗਈ। ਬਸ ਇੰਨੀ ਗੱਲ ਵਿੱਚ ਬਾਪੂ ਨਾਲ ਲੜ ਕੇ ਆ ਗਿਆ। ਮਾਂ ਵਰਗਾ ਮੇਰੇ ਨਾਲ ਪਿਆਰ ਵਿੱਚ ਜਵਾਨੀ, ਬਾਪੂ ਵਰਗਾ ਮੇਰੇ ਨਾਲ ਯਾਰ। ਗੁਰਜੰਟ ਪੁੱਤਰ ਉਹ ਕਿੱਥੇ ਹੈ? ਚਾਚਾ ਮੈਂ ਕੁਝ ਕਰਦਾ ਨੀ, ਮੈਂ ਆਪਣੇ ਦੋਸਤ ਨੂੰ ਲੱਭ ਰਿਹਾ ਸੀ ਜਿਹੜਾ ਆਪਣੇ ਬਾਪੂ ਨਾਲ ਲੜ ਕੇ ਘਰੋਂ ਗੁੰਮ ਹੋ ਗਿਆ। ਉਹਦਾ ਮੈਨੂੰ ਚੰਗਾ ਭਲਾ ਉੱਥੇ ਮਿਲਿਆ ਸੀ। ਕਿੱਥੇ ਚਾਚਾ ਜੀ? ਆ ਰੋਡ ਕੰਨੀ ਨੂੰ ਜਾ ਰਿਹਾ ਜੀ। ਚੱਲ ਗਿਆ ਸੀ? ਮੈਂ ਤੈਨੂੰ ਦੁਪਹਿਰ ਦੇ ਰਾਤ ਮੈਨੂੰ ਪੈ ਗਈ, ਪੁੱਤਰ ਕਿੱਥੇ ਗਿਆ ਸੀ? ਬਾਪੂ ਹੁਣ ਫੋਨ ਤਾਂ ਮੈਂ ਲਊਂਗਾ, ਪਰ ਮੈਂ ਆਪਣੀ ਮਿਹਨਤ ਨਾਲ ਲਊਂਗਾ। ਕੋਈ ਗੱਲ ਨੀ ਪੁੱਤ, ਮਿਹਨਤ ਕਰ, ਕੋਈ ਗੱਲ ਨੀ।